ਇਲਾਹਾਬਾਦ ਹਾਈ ਕੋਰਟ ਦੇ ਵਿੱਚ ਜਦੋਂ ਇਹ ਮੁਕੱਦਮਾ ਚਾਰਜਸ਼ੀਟ ਹੋ ਗਿਆ, ਇਹ ਮੁਲਾਇਮ ਸਿੰਘ ਯਾਦਵ ਦੀ ਉੱਥੇ ਸਰਕਾਰ ਸੀਗੀ। ਸਰਕਾਰ ਦੇ ਟਾਈਮ 'ਤੇ 94 ਦੇ ਵਿੱਚ ਜੇਲ੍ਹ ਦੇ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ, ਜਿਹਨੂੰ ਸਿੱਖ ਨਕਲਕੁਸ਼ੀ ਕਹਿੰਦੇ ਨੇ। ਉਸ ਸੁਪਰੀਮ ਕੋਰਟ ਦੇ ਵੀ ਆਰਡਰ ਨੂੰ ਨਹੀਂ ਮੰਨਿਆ ਯੂਪੀ ਗੌਰਮੈਂਟ ਨੇ, ਉਹ 2007 ਦੇ ਵਿੱਚ। ਔਰ ਸਭ ਤੋਂ ਵੱਡੀ ਗੱਲ ਆ ਕਿ 13 ਸਾਲ ਮੁਕੱਦਮਾ ਮੈਜਿਸਟ੍ਰੇਟ ਨੇ, 13 ਸਾਲ ਬਹੁਤ ਟਾਈਮ ਦਾ, 13 ਸਾਲ ਮੁਕੱਦਮਾ ਮੈਜਿਸਟ੍ਰੇਟ ਨੇ ਆਪਣੇ ਕੋਲ ਰੱਖਿਆ ਕੇਸ ਪਾਇਆ ਜੀ। ਅਤੇ ਪਰ ਸਰਕਾਰ ਤੁਹਾਨੂੰ ਕਿਸ ਤਰ੍ਹਾਂ ਬਰਦਾਸ਼ਤ ਕਰ ਰਹੀ ਹੈ? ਸਰਕਾਰ ਤਾਂ ਇੰਨੀਆਂ ਜ਼ਿਆਦਾ ਮੇਰੇ ਸਾਹਮਣੇ ਦਿੱਕਤਾਂ ਆ ਰਹੀਆਂ ਨੇ। ਹੁਣ ਕੁਛ ਦਿਨ ਪਹਿਲਾਂ ਪੁਲਿਸ ਮੇਰੇ ਘਰ ਕਈ ਵਾਰ ਆਈ ਔਰ ਸਾਰੇ ਪੂਰੇ ਘਰ ਦੀ ਤਲਾਸ਼ੀ ਲਈ, ਬਸ ਤੋਂ ਲਾ ਕੇ ਮਾਰਿਆ ਸੀਗਾ ਉਸ ਮੁਕੱਦਮੇ ਦੀ ਵੀ। ਇਹ ਦਾਸ ਹੀ ਪੈਰ ਵੀ ਕਰ ਰਿਹਾ ਵਾ, ਉਹ ਲੋਕ ਵੀ ਜੇਲ੍ਹ ਦੇ ਵਿੱਚ ਸਾਰੇ ਬੈਠੇ ਹੈਗੇ ਨੇ, 47 ਬੰਦੇ ਉਹ ਨੇ, 42 ਆਦਮੀ ਇਹ ਨੇ, 10 ਇਹਨਾਂ ਦੇ ਵਿੱਚੋਂ ਮਰ ਚੁੱਕੇ ਨੇ। ਅਤੇ ਇਹਦੇ ਸਾਰੇ ਦਾ ਸਾਰਾ, ਕਿਉਂਕਿ ਉਸ ਕੇਸ ਦੇ ਵਿੱਚ ਵੀ ਪੈਰ ਵੀ ਮੇਰੀ ਸੀਗੀ ਸਾਰੀ, ਇਸ ਕੇਸ ਦੇ ਵਿੱਚ ਵੀ ਪੈਰ ਵੀ ਮੇਰੀ ਆ। ਕਿ ਜਦੋਂ 95 ਦੀ ਸੁਪਰੀਮ ਕੋਰਟ ਨੇ ਆਰਡਰ ਕੀਤੇ, ਉਹ ਆਰਡਰ ਯੂਪੀ ਗੌਰਮੈਂਟ ਨੇ, ਮਤਲਬ ਇਹਨਾਂ ਦੀ ਹਰਕਤ ਦੇਖ ਲਓ ਕਿੰਨੀ ਵੱਡੀ ਆ, ਕਿ ਸੁਪਰੀਮ ਕੋਰਟ ਦੇ ਆਰਡਰ ਨੂੰ ਯੂਪੀ ਗੌਰਮੈਂਟ ਮੰਨਣ ਨੂੰ ਤਿਆਰ ਨਹੀਂ। ਕਿ ਮੈਂ ਇਸ ਗੱਲ 'ਤੇ ਬੜਾ ਹੈਰਾਨ ਹਾਂ ਕਿ ਚਲੋ ਰਾਮੂ ਵਾਲੀਆ ਸਾਹਿਬ ਨੇ ਸੰਪਰਕ ਨਹੀਂ ਕੀਤਾ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਤਾਂ ਮੈਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਕਰ ਰਹੀ ਆ।